ਦੇ ਵਾਸੀਆਂ ਨੇ ਕੀਤਾ ਸਾਰੀ ਸਿਆਸੀ ਪਾਰਟੀਆਂ ਦਾ ਬਾਈਕਾਟ। ਪਿੰਡ ਵਾਸੀਆਂ ਨੇ ਸਾਂਝਾ ਮੱਤਾ ਪਾ ਕੇ ਕੀਤਾ ਇਹ ਵੱਡਾ ਐਲਾਨ। ਪਿੰਡ ਵਿੱਚ ਵੋਟਾਂ ਨਾ ਮੰਗਣ ਆਉਣ ਦੇ ਲਗਾਏ ਵੱਡੇ ਵੱਡੇ ਬੈਨਰ। ਦੇਸ਼ ਨੂੰ ਆਜ਼ਾਦ ਹੋਏ ਕਰੀਬ 75 ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਪੰਜਾਬ ਦਾ ਇੱਕ ਅਜਿਹਾ ਪਿੰਡ ਜੋ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਰਹਿ ਗਿਆ ਹੈ। ਜੀ ਹਾਂ, ਅਤੇ ਅੱਜ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਿਆ ਹੋਇਆ। ਅਜਿਹੇ 'ਚ ਬਠਿੰਡਾ ਦਾ ਇਹ ਪਿੰਡ ਰਾਮਗੜ੍ਹ ਭੁੱਦਣ ਦੇ ਵਾਸੀਆਂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ, ਅਤੇ ਇਸ ਸੰਬੰਧੀ ਬਕਾਇਦਾ ਪਿੰਡ ਵਿੱਚ ਵੱਡੀਆਂ ਵੱਡੀਆਂ ਫੈਲੈਕਸਾਂ ਲਗਾ ਕੇ ਸਿਆਸੀ ਲੋਕਾਂ, ਆਜ਼ਾਦ ਉਮੀਦਵਾਰਾਂ ਅਤੇ 2024 ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਬਾਈਕਾਟ ਵੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪਿੰਡ ਵਾਸੀਆਂ ਦਾ ਇੱਥੇ ਕਹਿਣਾ ਹੈ ਕਿ ਭਾਵੇਂ ਅੱਜ ਦੇਸ਼ ਆਜ਼ਾਦ ਹੋ ਚੁੱਕਿਆ ਹੈ, ਪਰ ਅਸੀਂ ਇੱਥੇ ਨਰਕ ਭਰੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਹਾਂ, ਕਿਉਂਕਿ ਉਹਨਾਂ ਦੇ ਪਿੰਡ ਵਿਚਕਾਰ ਬਣੇ ਗੰਦੇ ਟੋਭੇ ਨੇ ਸਾਰੇ ਪਿੰਡ ਦਾ ਜੀਣਾ ਮੁਹਾਲ ਕੀਤਾ ਹੋਇਆ। ਇਸ ਟੋਭੇ ਵਿੱਚ ਆਉਣ ਵਾਲੀ ਗੰਦਗੀ ਦੀ ਬਦਬੋ ਕਾਰਨ ਪਿੰਡ ਵਾਸੀ ਪਰੇਸ਼ਾਨ ਨੇ, ਅਤੇ ਧਰਤੀ ਹੇਠਲਾ ਪਾਣੀ ਵੀ ਖਾਰਾ ਹੋਣ ਲੱਗ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹੜੀ ਮੰਗਾਂ ਰੱਖੀਆਂ ਨੇ, ਤੁਸੀਂ ਆਪ ਹੀ ਸੁਣੋ। ਹਾਂਜੀ ਬਾਈ ਜੀ, ਕੀ ਨਾਮ ਹੈ ਤੁਹਾਡਾ, ਕਿਉਂ ਤੁਸੀਂ ਲੋਕ ਸਭਾ ਚੋਣਾਂ ਦਾ ਜਿਹੜਾ ਬਾਈਕਾਟ ਕੀਤਾ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਲੋਕ ਸਭਾ ਚੋਣਾਂ ਦਾ ਬਾਈਕਾਟ ਜੀ, ਅਸੀਂ ਮੰਨ ਲਓ ਟੇਲਾਂ 'ਤੇ ਪਾਣੀ ਨਾ ਪਹੁੰਚਣ ਕਰਕੇ ਕੀਤਾ ਜੀ। ਕਾਰਨ ਕੀ ਮੰਨਦੇ ਹੋ, ਜਿਵੇਂ ਇੰਨਾ ਸਮਾਂ ਬੀਤ ਗਿਆ ਵਿਕਾਸ ਕਾਰਜਾਂ ਨੂੰ ਲੈ ਕੇ, ਤੁਹਾਡਾ ਪਿੰਡ ਹਾਲੇ ਵੀ ਜਿਹੜਾ ਹੈਗਾ ਪਛੜ ਰਿਹਾ ਹੈਗਾ? ਵਿਕਾਸ ਕਾਰਜਾਂ ਜੀ, ਲੀਡਰ ਆਉਂਦੇ ਆ ਜੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਜੀ ਸਾਡੇ ਪਿੰਡ ਵਾਲਿਆਂ ਤੋਂ, ਉਦੋਂ ਵੱਡੇ ਵੱਡੇ ਵਾਅਦੇ ਕਰਦੇ ਆ ਜੀ, ਅਤੇ ਜਦੋਂ ਵੋਟਾਂ ਲੈ ਚੁੱਕੀਆਂ ਜਾਂਦੀਆਂ ਜੀ ਉਦੋਂ ਬਾਅਦ ਵਾਅਦੇ ਸਾਰੇ ਖੋਖਲੇ ਹੋ ਜਾਂਦੇ ਆ ਜੀ, ਅਤੇ ਉਹ ਵਾਅਦੇ ਪੂਰੇ ਨਹੀਂ ਹੋ ਰਹੇ ਜੀ। ਕਿਸ ਤਰ੍ਹਾਂ ਦਾ ਵਿਰੋਧ ਕੀਤਾ ਜਾਊਗਾ? ਵਿਰੋਧ ਆ ਜੀ, ਬਸ ਸਾਡੇ ਪਿੰਡ 'ਚ ਕੋਈ ਲੀਡਰ ਆ, ਕੋਈ ਰਾਜਨੀਤਿਕ ਬੰਦਾ ਬਸ ਨਹੀਂ ਆਉਣ ਦਿੱਤਾ ਜਾਵੇਗਾ ਜੀ। ਸਾਰੇ ਪਿੰਡ ਨੇ ਏਕਾ ਹੋ ਕੇ ਜੀ, ਮੰਨ ਲਓ ਸਾਰੇ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕੀਤਾ ਜੀ, ਕੋਈ ਵੀ ਮੰਨ ਲਓ ਉਹ ਆ ਜੀ। ਜੇਕਰ ਗੱਲ ਕੀਤੀ ਜਾਵੇ, ਕਿਹੜੇ ਕਿਹੜੇ ਕਾਰਜ ਆ ਜਿਹੜੇ ਤੁਹਾਨੂੰ ਲੱਗਦਾ ਵੀ ਹੋਣੇ ਚਾਹੀਦੇ ਸੀ ਪਰ ਨਹੀਂ ਹੋਏ? ਪਾਣੀ ਦਾ ਮਸਲਾ ਜੀ, ਸਭ ਤੋਂ ਪਹਿਲਾਂ 'ਚ ਤਾਂ ਸਾਡੀ ਮੁੱਖ ਮੰਗ ਹੀ ਪਾਣੀ ਦੀ ਹੈ ਜੀ, ਟੇਲਾਂ 'ਤੇ ਪੂਰਾ ਕਰਨ ਦੀ, ਜਿਹੜਾ ਪੂਰਾ ਹੋਣਾ ਚਾਹੀਦਾ। ਦੂਜਾ ਜੀ ਨਸ਼ੇ 'ਤੇ ਵੀ ਹੈ ਜੀ, ਨਸ਼ੇ ਆ ਵੀ ਪਿੰਡ 'ਚ ਵੀ ਮੰਨ ਲਓ ਜਿਹੜੇ ਸਾਡੀ ਉਮਰ ਆ ਅਤੇ 34-35 ਸਾਲ ਦੇ, ਇਹੀ ਪੀੜ੍ਹੀ ਪੋਸ਼ ਬੱਚਿਆ ਜੀ, ਜਦੋਂ ਅਗਲੇ ਬੱਚੇ ਆ ਜਿਹੜੇ ਥੱਲੜੇ ਗ੍ਰਾਮ ਬੱਚੇ ਆ ਜੀ, ਬਹੁਤ ਆ ਜੀ, ਮੰਨ ਲਓ ਨਸ਼ਿਆਂ ਦੀ ਦਲਦਲ ਦੇ ਵਿੱਚ ਸਿਗਨੇਚਰ ਵਧੀਆ ਮਿਲਦੇ ਆ ਜੀ, ਚਿੱਟਾ ਵਧੀਆ ਮਿਲਦਾ ਜੀ। ਸਰਕਾਰ ਨੇ ਵਾਅਦਾ ਕਰਿਆ ਸੀਗਾ ਜੀ ਵੀ ਮੈਂ ਚਿੱਟਾ ਖਤਮ ਕਰ ਦੂੰਗਾ, ਆਹ ਚਿੱਟੇ ਤੋਂ ਇੱਕ ਹੋਰ ਭੈੜਾ ਸਿਗਨੇਚਰ ਹੈ ਜੀ ਜਿਹੜਾ 10-10 ਸਾਲ ਦੇ ਬੱਚਿਆਂ ਨੂੰ ਮਿਲੀ ਜਾਂਦਾ ਜੀ। ਹਾਂਜੀ, ਕੀ ਨਾਮ ਹੈ ਤੁਹਾਡਾ, ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਇਹ ਘਰ ਘਰ ਜਾ ਕੇ ਪ੍ਰਚਾਰ ਕਹਿ ਰਹੇ ਹੋ, ਕਿਉਂਕਿ ਹੁਣ ਤਾਂ ਸਿਆਸੀ ਲੋਕਾਂ ਦੇ ਵੋਟਾਂ ਮੰਗਣ ਦਾ ਸਮਾਂ ਹੈ? ਮੇਰਾ ਨਾਮ ਗੁਰਮੇਲ ਸਿੰਘ ਹੈ ਜੀ, ਅਤੇ ਅਸੀਂ ਜਿਹੜਾ ਬਾਈਕਾਟ ਕਰਿਆ, ਸਾਡੇ ਨਹਿਰੀ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਜੀ, ਖੇਤੀਬਾੜੀ ਦੇ ਵਿੱਚ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਬਹੁਤ ਮਾੜਾ ਹੈ। ਜੇ ਖੇਤਾਂ 'ਚ ਜਾ ਕੇ ਤੁਹਾਨੂੰ ਦਿਖਾ ਦਈਏ, ਧਰਤੀ ਮਤਲਬ ਚਿੱਟੇ ਛੋਰੇ ਨਾਲ ਚਿੱਟੀ ਹੋਈ ਪਈ ਆ ਉੱਫਣ ਉੱਫਣ ਕੇ, ਅਤੇ ਲੋਕ ਪਾਣੀ ਨਹੀਂ ਆਉਂਦਾ। ਜਦੋਂ ਬੰਨ ਤਾਂ ਪਾਇਆ ਸੀ, ਮਤਲਬ ਪਾਣੀ ਸਾਡੇ ਮਾਰ ਜਾਂਦਾ ਜਦੋਂ ਮੀਂਹ ਆਉਂਦਾ ਹੈਗਾ, ਜਿਹੜੀਆਂ ਫਸਲਾਂ ਕਰਦੇ ਹਾਂ ਬੋਰਾਂ ਬਾਰਾਂ ਦੇ ਪਾਣੀ ਨਾਲ, ਉਹ ਪਿਛਲੇ ਮੋਗੇ ਬੰਦ ਕਰ ਦਿੰਦੇ ਆ, ਅਤੇ ਉਸ ਤੋਂ ਬਾਅਦ ਸਾਡੇ ਫਿਰ ਮਤਲਬ ਪਾਣੀ ਮਾਰ ਜਾਂਦਾ ਫਸਲਾਂ ਨੂੰ। ਇਸ ਕਰਕੇ ਸਾਰੇ ਪਿੰਡ ਨੇ ਸਹਿਮਤੀ ਨਾਲ ਮਤਲਬ ਇਹਨਾਂ ਦਾ ਬਾਈਕਾਟ ਕਰਿਆ, ਪਿੰਡ 'ਚ ਮਤਲਬ ਵੜ ਨਹੀਂ ਦੇਣੇ ਕਿਸੇ ਵੀ ਸਿਆਸੀ ਪਾਰਟੀ ਨੂੰ। ਨਾ ਨਾ, ਕਿਸੇ ਨੂੰ ਵੀ ਨਾ ਕੋਈ ਯਾਦ, ਨਾ ਸਿਆਸੀ ਕਿਸੇ ਨੂੰ ਨਹੀਂ ਕੋਈ, ਸਾਰੇ ਕਈ ਚੱਟੇ ਵੱਟਿਆ ਇੱਕ ਦੇ। ਜੇਕਰ ਗੱਲ ਕੀਤੀ ਜਾਵੇ, ਬੜੇ ਦਾਅਵੇ ਕੀਤੇ ਜਾ ਰਹੇ ਨੇ ਵਿਕਾਸ ਕਾਰਜਾਂ ਨੂੰ ਲੈ ਕੇ, ਅਤੇ ਤੁਹਾਡੇ ਤੁਸੀਂ ਕਹਿ ਰਹੇ ਹੋ ਸਾਡਾ ਪਿੰਡ ਪਛੜਿਆ ਹੈ। ਹਾਂਜੀ,
ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਸਾਡੇ ਮਗਰ ਛੱਪੜ ਹੈਗਾ, ਇਹਦਾ ਵਿਕਾਸ ਦੇਖ ਲਓ। ਪੈਸੇ ਪਾਸ ਹੋਏ ਪਿਆ, ਰੋਕਤਾ ਜੀ ਸਰਕਾਰ ਨੇ, ਕਹਿੰਦੇ ਸਾਡੇ ਆ ਕੇ ਸਰਪੰਚ ਬਣਾਉਣਗੇ, ਪਿਛਲਿਆਂ ਨੂੰ ਨਹੀਂ ਬਣਾਉਣ ਦਿੰਦੇ। ਆ ਇੱਕ ਡੱਗੀ ਬਣਾਈ ਸੀ ਠੇਕੇਦਾਰ ਨੇ ਆ ਕੇ, ਜਦੋਂ ਪਤਾ ਲੱਗ ਗਿਆ ਉਹਦੀ ਰੋਕਤੇ ਜੀ। ਤੁਹਾਨੂੰ ਕੀ ਲੱਗਦਾ ਫਿਰ ਸਿਆਸਤੀ ਭੇਟ ਚੜਿਆ? ਹਾਂ, ਸਿਆਸਤੀ ਭੇਟ ਚੜਿਆ ਵੀ ਜੇ ਪਿੰਡ। ਨਸ਼ੇ ਵਾਧੂ ਮਿਲਦੇ ਜੀ, ਨਸ਼ੇ ਜਿੰਨੇ ਮਰਜ਼ੀ ਲੈ ਲਓ। ਸਕੂਲ ਦਾ ਬੁਰਾ ਹਾਲ ਆ ਜੀ, 8ਵੀਂ ਦਾ ਸਕੂਲ ਆ ਸਾਡੇ, ਬੱਚੀਆਂ ਬਾਹਰ ਜਾਂਦੀਆਂ ਸਾਈਕਲਾਂ 'ਤੇ, ਗਰੀਬ ਘਰਾਂ ਦੀਆਂ ਤੁਰ ਕੇ ਵੀ ਜਾਂਦੀਆਂ ਹੈਗੀਆਂ। ਗਰਮੀ ਦਾ ਮਹੀਨਾ ਆਊ ਹੁਣ, ਮੂਹਰੇ ਬਹੁਤ ਔਖਾ ਜੀ। ਅਤੇ ਸਿਹਤ ਸਾਡੇ ਕੋਈ ਹਸਪਤਾਲ ਵੀ ਨਹੀਂ ਗਾ ਸਾਡੇ ਪਿੰਡ ਦੇ ਵਿੱਚ। ਸਾਨੂੰ 20 ਕਿਲੋਮੀਟਰ ਬਠਿੰਡਾ ਪੈਂਦਾ, 20 ਮੋੜ ਪੈਂਦਾ, 10-12 ਤਲਵੰਡੀ ਪੈਂਦਾ ਹੈਗਾ। ਬਹੁਤ ਬੁਰਾ ਹਾਲ ਹੈ ਪਿੰਡ ਦਾ। ਤਾਂ ਅੱਕਿਆਂ ਨੇ ਮਤਲਬ ਕੰਮ ਕਰਿਆ, ਕਿਉਂਕਿ ਸ਼ੌਂਕ ਨੂੰ ਨਹੀਂ ਕਰਿਆ ਇਹ। ਮੈਂ ਤੁਹਾਡਾ ਜੀ ਕੀ ਕਹਿਣਾ ਚਾਹੁੰਗਾ ਜਿਹੜਾ ਤੁਸੀਂ ਬਾਈਕਾਟ ਕੀਤਾ? ਮੇਰਾ ਨਾਮ ਗੁਰਮੇਲ ਸਿੰਘ ਆ ਜੀ। ਬਾਈਕਾਟ ਕੀਤਾ ਸੀ ਪਾਣੀ ਦੇ ਮਸਲੇ ਨੂੰ ਲੈ ਕੇ। ਦੇਖੋ ਜਿਹੜੀਆਂ ਪਾਈਪ ਲਾਈਨ ਆ ਸਾਡੇ ਪਾਈ ਹੋਈ, ਪਾਣੀ ਸਾਡੇ 70 ਕਿਲੋਮੀਟਰ ਵਾਟ ਤੋਂ ਆ ਰਿਹਾ ਹੈ। ਜਿਹੜੀ ਪਾਈਪ ਲਾਈਨ ਆ ਉਹ ਸਾਡੇ 6 ਕਿਲੋਮੀਟਰ 'ਤੇ ਆ, ਕਾਂਡਲੇ ਤੋਂ ਪਾਈਪ ਲਾਈਨ ਚੱਲ ਰਹੀ ਹੈ ਗੈਸ ਦੀ, ਸਾਡੇ 6 ਕਿਲੋਮੀਟਰ ਵਾਲਾ ਕਿਉਂ ਨਹੀਂ ਚੱਲਦਾ? ਦੂਸਰਾ ਕਾਰਨ ਇਹਦਾ ਇਹ ਹੈ ਵੀ ਜਦੋਂ ਪਾਈਪ ਲਾਈਨ ਚੱਲੀ ਨਹੀਂ, ਇਹਨਾਂ ਨੇ ਪੇਮੈਂਟ ਠੇਕੇਦਾਰ ਨੂੰ ਦੇਤੀ। ਉਹ ਕਿਹੜੇ ਵਜੇ ਤੋਂ ਦਿੱਤੀ ਆ? ਪਿੱਛੇ ਤਾਂ ਕੱਸੀ ਵੀ ਨਹੀਂ ਬਣੀ ਸੀ, ਇਕੱਲੀਆਂ ਪਾਈਪਾਂ ਹੀ ਸਿੱਟੀਆਂ ਸੀ। ਕੱਸੀ ਅਸੀਂ ਕਾਂਗਰਸ 'ਚ ਆ ਕੇ ਬਣਾਈ, ਅਕਾਲੀਆਂ ਨੇ ਪੂਰੀ ਪੇਮੈਂਟ ਵੀ ਦੇਤੀ ਠੇਕੇਦਾਰ ਨੂੰ। ਅੱਜ ਆਪ ਵਾਲਿਆਂ ਦੀ ਸਰਕਾਰ ਆ ਗਈ। ਜਿਹੜੇ ਕਹਿੰਦੇ ਸੀ ਸੁਖਵੀਰ ਮੈਸਰ ਖਾਨਾ ਸੱਥ 'ਚ ਬੋਲ ਕੇ ਗਿਆ, ਹਾਲਾਂਕਿ ਮੈਂ ਵੋਟਾਂ ਦੇ ਪਹਿਲਾਂ ਤੋਂ ਹੀ ਬਾਈਕਾਟ 'ਚ ਹਾਂ, ਵੀ ਪਹਿਲਾਂ ਤੋਂ ਅਸੀਂ ਵੋਟਾਂ ਨਹੀਂ ਪਾ ਰਹੇ। ਮੈਸਰ ਖਾਨੇ ਨੇ ਸੱਥ 'ਚ ਬੋਲਿਆ ਸੀ, ਕਹਿੰਦਾ ਮੈਂ ਤੁਹਾਡੇ ਪਾਈਪ 'ਤੇ ਡੱਗੀਆਂ 'ਤੇ ਕੈਮਰੇ ਲਵਾ ਦੂੰ ਜੇ ਕੋਈ ਕੁਛ ਸਿੱਟਦਾ। ਅਤੇ ਅੱਜ ਗੱਲ ਸੁਣਨ ਨੂੰ ਵੀ ਭੱਜ ਗਿਆ, ਮੋਬਾਈਲ ਖੋਹਦਾ। ਜੇ ਅਸੀਂ ਕੋਈ ਗੱਲ ਕਰਦੇ ਹਾਂ, ਵੀਡੀਓ ਬਣਾਉਂਦੇ ਹਾਂ, ਮੋਬਾਈਲ ਖੋਹਦਾ। ਅਸੀਂ ਕਹਿੰਦੇ ਹਾਂ ਵੀ ਸਾਡਾ ਕੋਈ ਵਿਕਾਸ ਹੀ ਨਹੀਂ ਹੋਇਆ, ਸਾਡਾ ਤਾਂ ਨਾਸ ਕਰਿਆ ਪਿੰਡ ਦਾ। ਸਿਆਸਤ ਦੀ ਭੇਟ ਪਿੰਡ ਚੜ੍ਹ ਗਿਆ। ਸਿਆਸਤ ਨਾਲ ਜਿਹੜੇ ਨਸ਼ੇ ਆ ਉਹ ਨਸ਼ੇ ਛੱਡੇ ਗਏ ਆ, ਛੋਟੇ ਛੋਟੇ ਬੱਚੇ ਨਸ਼ਿਆਂ 'ਤੇ ਲੱਗੇ ਆ। ਸਾਡੇ ਸਕੂਲ 'ਚ ਕੈਮਰੇ ਲੱਗੇ ਹੋਏ ਆ, 10-12 ਕੈਮਰੇ ਕੰਧਾਂ ਭੰਨਤੀਆਂ। ਕੰਪਿਊਟਰ ਚੱਕੇ ਜਾਂਦੇ ਆ, ਜਿਹੜੇ ਕੋਈ 1-2 ਹੈਗੇ। ਪਹਿਲੀ ਗੱਲ ਤਾਂ ਦਿੰਦੇ ਹੀ ਨਹੀਂ, ਜੇ ਕੋਈ ਦਿੰਦੇ ਉਹ ਚੱਕ ਕੇ ਲੈ ਜਾਂਦੇ ਨਸ਼ੇੜੀ। ਜਿਹੜੇ ਨਲਕੇ ਆ ਉਹਨਾਂ ਦੇ ਹੈਂਡਲ ਨਹੀਂ ਛੱਡਦੇ ਪਾਣੀ ਪੀਣ ਨੂੰ। ਕਿਹੜੇ ਪਾਸੇ ਨੂੰ ਜਾਊ ਜਨਤਾ? ਜਨਤਾ ਫਿਰ ਵੋਟਾਂ ਕਿੰਨੀ ਤੁਰੀ ਰਹੂ 24 ਘੰਟੇ? ਅਸੀਂ ਕਹਿੰਦੇ ਹਾਂ ਵੀ ਜਿਸ ਤਰ੍ਹਾਂ ਸਾਡੇ ਲੋਕਾਂ ਨੇ ਸਾਥ ਦਿੱਤਾ, ਪਿੰਡ ਪਿੰਡ ਇਸ ਤਰ੍ਹਾਂ ਸਾਥ ਹੋਵੇ, ਇਹਨਾਂ ਵੋਟ ਬੁਟਾਰੂ ਟੋਲਿਆਂ ਦਾ ਰੋਕਥਾਮ ਲਾਈ ਜਾਵੇ ਇਹਨਾਂ। ਧੰਨਵਾਦ। ਬਠਿੰਡਾ ਤੋਂ ਹਰਮਿੰਦਰ ਸਿੰਘ, ਅਵਿਨਾਸ਼ ਦੀ ਰਿਪੋਰਟ।